ਚੰਡੀਗੜ੍ਹ ਦੇ ਐਲਾਂਟੇ ਮਾਲ ਦੇ ਵਿਚ ਹੋਏ ਹਾਦਸੇ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਪੁਲਿਸ ਵੀ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਤਾਰ ਸਰਚ ਕੀਤਾ ਜਾ ਰਿਹਾ। ਜ਼ੀਰਕਪੁਰ ਦੇ ਹੌਪਅਪ ਇਹ ਉਹ ਜਗ੍ਹਾ ਹੈ ਜਿੱਥੇ ਜਿੰਨਾ ਵੀ ਕਿਡਜ਼ ਜ਼ੋਨ ਨੇ, ਗੇਮਿੰਗ ਜ਼ੋਨ ਹੈ, ਉਹ ਇੱਥੇ ਮੌਜੂਦ ਹੈ ਤੇ ਜਿੰਨੇ ਵੀ ਜਿਹੜੇ ਟ੍ਰਾਈ ਸਿਟੀ ਦੇ ਬਾਹਰ ਤੋਂ ਵੀ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚਦੇ ਆ। ਤੇ ਅੱਜ ਰਿਐਲਿਟੀ ਚੈੱਕ ਨਿਊਜ਼ 18 ਦੀ ਐਕਸਕਲੂਸਿਵ ਟੀਮ ਪਹੁੰਚੀ ਹੈ ਔਰ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ। ਪੰਜਾਬ ਪੁਲਿਸ ਜ਼ੀਰਕਪੁਰ ਜਿਹੜੇ SHO ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਵੇ, ਕਿਉਂਕਿ ਜਿਸ ਤਰ੍ਹਾਂ ਦਾ ਹਾਦਸਾ ਹੋਇਆ ਸੀ, 11 ਸਾਲ ਦਾ ਸਹਿਬਾਜ਼ ਇੱਕ ਵੱਡੇ ਲਾਪਰਵਾਹੀ ਕਾਰਨ ਉਹਦੀ ਡੈਥ ਹੋ ਗਈ ਹੈ। ਇਸ ਕਰਕੇ ਪੂਰਾ ਗੇਮਿੰਗ ਜ਼ੋਨ ਹੈ, ਕਿਡ ਸਿਟੀ ਹੈ, ਕਿਡ ਜ਼ੋਨ ਹੈ, ਇੱਥੇ ਕਾਫੀ ਇਸ ਤਰ੍ਹਾਂ ਦੀ ਵੀ ਗੇਮਸ ਨੇ ਜੋ ਕਿ ਕਾਫੀ ਡੇਂਜਰ ਹੁੰਦੀ ਹੈ। ਲੇਕਿਨ ਕਿਸ ਤਰ੍ਹਾਂ ਦੀ ਸਿਕਿਉਰਿਟੀ ਜਾਂ ਸੇਫਟੀ ਮਈਅਰ ਇੱਥੇ ਕੀਤੇ ਹੋਏ ਨੇ ਉਸ ਨੂੰ ਲੈ ਕੇ ਪੂਰਾ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਖੁਦ ਪੁਲਿਸ ਆਫਿਸਰ ਜਿਹੜੇ ਇਹਨਾਂ ਦੇ ਮੈਨੇਜਮੈਂਟ ਹੈ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਸਾਰੀ ਗੇਮਿੰਗ ਜ਼ੋਨ ਹੈ ਜਿਹੜੇ ਬੱਚੇ ਉਹ ਇੱਥੇ ਖੇਡਦੇ ਨਜ਼ਰ ਆ ਰਹੇ ਨੇ ਔਰ ਕਿਸ ਤਰ੍ਹਾਂ ਦੀ ਹੋਰ ਗੇਮਿੰਗ ਜ਼ੋਨ ਹੈ ਉਸ ਨੂੰ ਲੈ ਕੇ ਵੀ ਪੂਰਾ ਜਿਹੜਾ ਉਹ ਚੈੱਕ ਕਰਦੇ ਨਜ਼ਰ ਆ ਰਹੇ ਨੇ। ਲਗਾਤਾਰ ਕੋਸ਼ਿਸ਼ ਅਸੀਂ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ, ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੀ ਸੇਫਟੀ ਮੇਅਰ ਨੂੰ ਲੈ ਕੇ ਉਹਨਾਂ ਦੀ ਕਿਸ ਤਰ੍ਹਾਂ ਦੀ ਸੇਫਟੀ ਮੇਅਰ ਮੈਨੇਜਮੈਂਟ ਵੱਲੋਂ ਕੀਤੀ ਗਈ ਹੈ। ਹਾਲਾਂਕਿ ਪੇਰੈਂਟਸ ਜ਼ਰੂਰ ਹੁੰਦੇ ਨਾਲ, ਲੇਕਿਨ ਉਹਨਾਂ ਦੀ ਸੇਫਟੀ ਮੇਅਰ ਨੂੰ ਲੈ ਕੇ ਕਿਸ ਤਰ੍ਹਾਂ ਦੀ, ਹੁਣ ਜਿੱਦਾਂ ਇਹ ਜਿਹੜੀ ਗੇਮ ਹੈ ਸਾਹਮਣੇ ਇਹ ਬੱਚੇ ਕਰ ਰਹੇ ਹੈ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਦੇਖਦੇ ਹੋਏ ਇਹ ਪੂਰੀ ਜਿਹੜੀ ਟੀਮਾਂ ਹੈ ਬੱਚੇ ਕਿਸ ਤਰ੍ਹਾਂ ਗੇਮ ਖੇਡ ਰਹੇ, ਉਹਨਾਂ ਦੀ ਸੇਫਟੀ ਮੇਅਰ ਵਾਸਤੇ ਕਿਸ ਤਰ੍ਹਾਂ ਦੀ ਚੀਜ਼ਾਂ ਹੈ, ਇਸ ਦਾ ਧਿਆਨ ਰੱਖਿਆ ਹੋਇਆ। ਹਾਲਾਂਕਿ ਮੈਨੇਜਮੈਂਟ ਦੇ ਜਿਹੜੇ ਲੋਕ ਨੇ ਉਹ ਪੁਲਿਸ ਆਫਿਸਰਸ ਨੂੰ ਦੱਸਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਦੀ ਚੀਜ਼ਾਂ, ਕਿਸ ਤਰ੍ਹਾਂ ਦੀ ਗੇਮਸ ਇੱਥੇ ਅਵੇਲੇਬਲ ਨੇ ਔਰ ਕਿਸ ਤਰ੍ਹਾਂ ਦੀ ਸੇਫਟੀ ਮਈਅਰ, ਕਿਉਂਕਿ ਬਹੁਤ ਨਿਊਜ਼ 18 ਦੀ ਟੀਮ ਐਕਸਕਲੂਸਿਵ ਇੱਥੇ ਪਹੁੰਚੀ ਹੈ ਤੇ ਪੁਲਿਸ ਦੀ ਜਿਹੜੀ ਟੀਮ ਹੈ ਉਹ ਵੀ ਲਗਾਤਾਰ ਜਿਹੜੀ ਹੈ ਉਹ ਇਹਨਾਂ ਤੋਂ ਪੁੱਛਦੀ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲ ਹੈ, ਸੇਫਟੀ ਮਈਅਰ ਖਾਸ ਤੌਰ ਤੇ ਕਿਸ ਤਰ੍ਹਾਂ ਦੇ ਨੇ, ਬੱਚਿਆਂ ਦੇ ਨਾਲ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲਿਆ ਜਾ ਸਕਦਾ। ਇਸ ਕਰਕੇ ਪੁਆਇੰਟ ਟੂ ਪੁਆਇੰਟ ਪੰਜਾਬ ਦੀ ਅਸੀਂ ਗੱਲ ਕਰ ਲਈਏ, ਕਿਉਂਕਿ ਐਲਾਂਟੇ ਮਾਲ ਦੇ ਹਾਦਸੇ ਤੋਂ ਬਾਅਦ ਹੁਣ ਕਈ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ। ਸੇਫਟੀ ਮੇਅਰ ਦੇ ਇਲਾਵਾ ਬੱਚੇ ਇੱਥੇ ਐਂਟਰ ਹੁੰਦੇ ਨੇ, ਇਸ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੇ SHO ਨੇ ਉਹ ਸਾਡੇ ਨਾਲ ਨੇ। ਸੇਖੋ ਸਾਹਿਬ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਐਲਾਂਟੇ ਮਾਲ 'ਚ ਜਿਹੜਾ ਹਾਦਸਾ ਹੋਇਆ, ਅਨਫੋਰਚੁਨੇਟ ਬੱਚੇ ਦੀ ਮੌਤ ਹੋ ਗਈ, ਕਿਡਸ ਜ਼ੋਨ ਸਭ ਤੋਂ ਵੱਡਾ ਟ੍ਰਾਈ ਸਿਟੀ ਦਾ ਹੈ, ਕਿਸ ਤਰ੍ਹਾਂ ਦੀ ਇੱਥੇ ਪਹੁੰਚ ਕੇ ਤੁਸੀਂ ਸੇਫਟੀ ਮੇਅਰ? ਤੋ ਇਨ ਵਿਊ ਆਫ ਦਾ ਰੀਸੈਂਟ ਟ੍ਰੈਜਡੀ ਜੋ ਐਲਾਂਟੇ ਮਾਲ 'ਚ ਹੋਈ ਹੈ, ਤੋ ਸਮਾਲ ਚਾਈਲਡ ਇਜ਼ ਡਾਈਡ ਜੀ, ਟੇਕਿੰਗ ਸੇਫਟੀ ਮੇਅਰਸ ਐਂਡ ਟੂ ਸੈਂਸੀਟਾਈਜ਼ ਦਾ ਪਬਲਿਕ ਐਂਡ ਟੂ ਸੈਂਸੀਟਾਈਜ਼ ਦਾ ਮਤਲਬ ਮੈਨੇਜਮੈਂਟ ਹੇਅਰ, ਤੋ ਵੀ ਹੈਵ ਕਮ ਹੇਅਰ ਜੀ ਜਸਟ ਫੋਰ ਆ ਰੂਟੀਨ ਚੈੱਕਅਪ, ਤੇ ਇਹਨਾਂ ਨੂੰ ਇੱਕ ਵਾਰ ਦੱਸਣਾ, ਤੋ ਵੀ ਹੈਵ ਚੈੱਕ ਦਾ ਸੇਫਟੀ ਮੇਅਰ ਜੀ, ਅਸੀਂ ਐਜ਼ ਆਫ ਨਾਓ ਫਾਇਰ ਵਗੈਰਾ ਦੇ ਸਰਟੀਫਿਕੇਟਸ ਦੇਖੇ ਹੈਗੇ ਨੇ, ਤੋ ਦੇ ਹੈਵ ਦਾ ਰਿਕੁਇਜ਼ਿਟ ਸਰਟੀਫਿਕੇਟਸ ਐਂਡ ਐਵਰੀਥਿੰਗ ਜੀ। ਆਲਸੋ ਯੂ ਕੈਨ ਸੀ ਇਨ ਦਾ ਬੈਕਗਰਾਊਂਡ, ਲਾਈਕ ਆਈਵ ਇਹਦੀ ਬਹੁਤ ਜ਼ਰੂਰੀ ਹੈ ਕਿ ਹਰ ਥਾਂ ਤੇ ਜਿਵੇਂ ਇਹਨਾਂ ਨੇ ਉਰੇ ਆ ਫਾਇਰ ਦੇ ਸਿਲੰਡਰਸ ਲਗਾਏ ਹੋਏ ਹੈਗੇ ਨੇ, ਜਾਂ ਤੁਸੀਂ ਆਪਣੇ ਪਿੱਛੇ ਦੇਖ ਸਕਦੇ ਹੋ ਕਿਤੇ ਵੀ ਐਟ ਐਵਰੀ ਪੁਆਇੰਟ ਦੇਰ ਆਰ ਲਾਈਕ ਫਾਇਰ ਐਕਸਟਿੰਗੁਇਸ਼ਰ ਸਕਿੱਪ, ਤੋ ਦੈਟ ਇਜ਼ ਅ ਗੁੱਡ ਥਿੰਗ ਜੀ। ਆਪਾਂ ਨੂੰ ਹੋਰ ਵੀ ਧਿਆਨ ਰੱਖਣਾ ਚਾਹੀਦਾ ਕਿ ਜਿੱਥੇ ਆਪਾਂ ਜਾਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ, ਹੋਰ ਲੈ ਕੇ, ਤਾਂ ਉੱਥੇ ਹਰ ਥਾਂ ਦਾ ਹਰ ਤਰ੍ਹਾਂ ਦਾ ਸੇਫਟੀ ਅਰੇਂਜਮੈਂਟਸ ਪੂਰੇ ਹੋਣ, ਠੀਕ ਹੈ। ਪਲੱਸ ਉਸ ਤੋਂ ਬਿਨਾਂ ਮਤਲਬ ਅ ਪੋਜ਼ਿਟਿਵ ਥਿੰਗ ਇਜ਼ ਕਿ ਮਤਲਬ ਆਈ ਆਸਕਡ ਥੈਮ ਕਿ ਵੀ ਦੇ ਹੈਵ ਅਰਾਊਂਡ 80 ਆਫ ਦਾ ਸਟਾਫ ਹੇਅਰ, ਤੋ ਜਿਵੇਂ ਆਪਾਂ ਨੂੰ ਦਿਖ ਰਿਹਾ ਹੈਗਾ, ਕਿਉਂਕਿ ਇਹ ਬੜਾ ਸਰ ਬੜਾ ਕਹਿ ਸਕਦੇ ਕਿ ਰਿਸਕ ਵਾਲਾ ਹੁੰਦਾ, ਤੇ ਇਹਦੇ ਵਿੱਚ ਤੁਸੀਂ ਪੂਰਾ ਵਿਜ਼ਿਟ ਕੀਤਾ ਤਾਂ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਦੱਸਿਆ ਗਿਆ ਕਿ ਸੇਫਟੀ ਮੇਅਰ ਕਿਸ ਤਰ੍ਹਾਂ ਦੇ ਦਿੱਤੇ? ਤੋ ਇਹ ਬੇਸਿਕਲੀ ਤਿੰਨ ਜਿਹੜਾ ਇਹ ਹੈਗਾ ਬੱਚਾ ਤਿੰਨ ਜ਼ੋਨ ਦੇ ਵਿੱਚ ਇਹਨਾਂ ਨੇ ਡਿਵਾਈਡ ਕੀਤਾ ਹੋਇਆ ਹੈਗਾ, ਤੁਸੀਂ ਆਪਣੇ ਨੀਚੇ ਦੇਖ ਸਕਦੇ ਹੋ, ਤਾਂ ਉਰੇ ਤਾਂ ਦਿਸ ਇਜ਼ ਫੋਰ ਦਾ ਸਮਾਲਰ ਚਿਲਡਰਨ, ਉਸ ਤੋਂ ਬਿਨਾਂ ਜੋ ਬਟ ਦੇ ਹੈਵ ਟੋਲਡ ਮੀ ਇਜ਼ ਕਿ ਜਿਵੇਂ ਬੱਚਿਆਂ ਨੂੰ ਇਹ ਸਾਰਾ ਸੇਫਟੀ ਗੇਅਰ ਲਗਾ ਕੇ, ਤੋ ਜਿਵੇਂ ਇਹ ਬੱਚਾ ਅੰਦਰ ਜਾਣ ਵਾਲਾ ਹੈਗਾ, ਤੋ ਸ਼ੀ ਇਜ਼ ਜਸਟ ਕਮ ਬੈਕ, ਤਾਂ ਇਹ ਲਗਾ ਕੇ ਤੋ ਇਹ ਕੈਰਬੀਨਾ ਨਾਲ ਇਹਨੂੰ ਕੀ ਕਹਿੰਦੇ ਹੋ ਤੁਸੀਂ, ਜਿਵੇਂ ਰੋਪ ਨੂੰ ਅਟੈਚ ਕਰਦੇ ਹੋ,
ਇਹਨੂੰ ਹਾਰਨੈਸ ਹਾਰਨੈਸ ਲਗਾ ਬੱਚੇ ਨਾਲ ਵੀ ਗੱਲ ਕਰ ਲੈਂਦੇ ਸੇਫਟੀ ਪੂਰਾ ਯੈਸ ਪੂਰੀ ਸੇਫਟੀ ਹੈ ਸੇਫਟੀ ਹੈ ਯੈਸ ਇੰਜੋਏ ਕਰ ਰਹੇ ਹੋ ਯੈਸ ਲੇਕਿਨ ਸੇਫਟੀ ਬਹੁਤ ਜ਼ਰੂਰੀ ਹੈ ਹਾਂਜੀ ਹੈ ਸੇਫਟੀ ਕਰਕੇ ਉਹ ਪੂਰਾ ਫਾਲੋ ਕਰ ਰਹੇ ਹੋ ਪ੍ਰੋਟੋਕਾਲ ਜੋ ਬਤਾਤੇ ਹੈਂ ਯੈਸ ਠੀਕ ਹੈ ਇਹ ਸਰ ਇੱਕ ਸਵਾਲ ਤੁਹਾਡੇ ਤੋਂ ਜਿੱਦਾਂ ਸਰ ਵੀ ਦੱਸ ਰਹੇ ਸੀਗੇ ਕਿਉਂਕਿ ਸੇਫਟੀ ਮੇਜਰ ਬਹੁਤ ਹੈ ਸਟੂਡੈਂਟਸ ਆਉਂਦੇ ਕਿਡਸ ਜਿਹੜੇ ਆਉਂਦੇ ਫੈਮਿਲੀ ਦੇ ਨਾਲ ਆਉਂਦੇ ਸੇਫਟੀ ਮੇਜਰ ਕਿਸ ਤਰ੍ਹਾਂ ਦੇ ਤੁਸੀਂ ਸਰ ਇੱਥੇ ਇਹ ਹੈ ਕਿ ਜਦੋਂ ਆਪਾਂ ਸਟਾਫ ਨੂੰ ਅੰਦਰ ਐਂਟਰ ਕਰਦੇ ਆ ਤਾਂ ਉਹਦੇ ਨਾਲ ਹੀ ਪਹਿਲਾਂ ਆਪਾਂ ਦੇਖਦੇ ਕਿ ਬੱਚੇ ਦੀ ਹਾਈਟ ਕਿੰਨੀ ਹੈ ਵੇਟ ਕਿੰਨਾ ਆ ਕਿ ਉਹੀ ਹੈ ਕਿ ਹਾਈਟ ਤੇ ਵੇਟ ਦੇਖ ਕੇ ਤੇ ਫੋਰਮ ਭਰਵਾਇਆ ਜਾਂਦਾ ਹੈ ਫਿਲਅਪ ਕਰਾਇਆ ਜਾਂਦਾ ਹੈ ਬੱਚੇ ਦੀ ਸੇਫਟੀ ਬਾਰੇ ਤੇ ਉਹ ਤੋਂ ਬਾਅਦ ਬੱਚੇ ਨੂੰ ਪ੍ਰੋਪਰ ਹਾਰਨੈਸ ਲਗਾ ਕੇ ਚੈੱਕ ਕੀਤਾ ਜਾਂਦਾ ਸਟਾਫ ਵੱਲੋਂ ਤੇ ਹਾਰਨੈਸ ਦੇ ਨਾਲ ਪਹਿਲਾਂ ਫਿਰ ਲਗਾ ਕੇ ਵੀ ਚੈੱਕ ਕਰਦੇ ਆ ਕਿ ਬੱਚਾ ਜਾ ਸਕਦਾ ਉੱਪਰ ਤੇ ਜੇ ਕੋਈ ਬੱਚੇ ਨੂੰ ਲੱਗਦਾ ਕਿ ਹਾਂ ਦਿੱਕਤਬਾਜ਼ੀ ਹੈ ਬੱਚਾ ਚੱਲ ਨਹੀਂ ਸਕ ਰਿਹਾ ਤੇ ਸਟਾਫ ਉਹਦੀ ਪੂਰੀ ਹੈਲਪ ਕਰਦਾ ਹੈ ਯਾਨੀ ਕਿ ਕੋਈ ਦਿੱਕਤ ਨਹੀਂ ਆਉਂਦੀ ਇਦਾਂ ਸਰ ਇਸ ਤੋਂ ਇਲਾਵਾ ਹੋਰ ਵੀ ਸੇਫਟੀ ਮੇਜਰ ਨੂੰ ਲੈ ਕੇ ਕਿਉਂਕਿ ਐਲੈਂਟੇ ਮਾਲ 'ਚ ਜਿਸ ਤਰ੍ਹਾਂ ਦਾ ਹਾਦਸਾ ਹੋਇਆ ਉਹ ਅੱਗੇ ਨਾ ਹੋਵੇ ਅਨਫੋਰਚੂਨੇਟ ਡੈਥ ਹੋਈ ਹੈ ਸਹਿਬਾਜ਼ ਦੀ ਉਹ ਅੱਗੇ ਨਾ ਹੋ ਕਿਉਂਕਿ ਤੁਹਾਡਾ ਸਭ ਤੋਂ ਵੱਡਾ ਕਿਡਸ ਜੋਬ ਜੀ ਜੀ ਸਰ ਸਾਡੇ ਇੱਥੇ ਹੈਗੀ ਦੇਖੋ ਮੇਨ ਹੁੰਦਾ ਯਾਰ ਫਾਇਰ ਦਾ ਹੁੰਦਾ ਆ ਸਾਡੇ ਹਰ ਇੱਕ ਸੈਕਸ਼ਨ ਤੇ ਦੋ ਦੋ ਤਿੰਨ ਤਿੰਨ ਸਿਲੰਡਰ ਪਏ ਆ ਤੇ ਸਟਾਫ ਨੂੰ ਪ੍ਰੋਪਰ ਹਰ ਮਹੀਨੇ ਹਫਤੇ ਦੇ ਦੋ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਜੇ ਕੋਈ ਚਾਂਸ ਗੱਲ ਵੀ ਹੋ ਜਾਵੇ ਤਾਂ ਪ੍ਰੋਪਰ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸਰ ਇੱਕ ਗੱਲ ਹੋਰ ਤੁਸੀਂ ਸਟਾਫ ਦੀ ਗੱਲ ਕੀਤੀ ਹੈ ਐਸ ਓ ਸਾਹਿਬ ਕਿਉਂਕਿ ਉੱਥੇ ਦੇਖਿਆ ਗਿਆ ਸੀਗਾ ਕਿ ਅਟੈਂਡੈਂਟ ਨਹੀਂ ਸੀ ਤਾਂ ਇੱਥੇ ਅਟੈਂਡੈਂਸ ਨੂੰ ਲੈ ਕੇ ਜਾਂ ਜਿਹੜੀ ਬੱਚਿਆਂ ਦੀ ਨਿਗਰਾਨੀ ਹੈ ਉਹ ਕਿਸ ਤਰ੍ਹਾਂ ਦਾ ਸੀਗਾ ਸਰ ਮੇਜਰ ਇਹ ਕਿ ਸਾਡੇ ਕੋਲ ਕਈ ਜਗ੍ਹਾ ਮੈਂ ਦੇਖਿਆ ਕਿ ਸਟਾਫ ਦੀ ਕਮੀ ਹੁੰਦੀ ਹੈ ਪਰ ਤੁਸੀਂ ਸਾਡੇ ਸੈਕਸ਼ਨ ਦਾ ਹਰ ਇੱਕ ਦੇਖ ਸਕਦੇ ਹੋ ਤੁਹਾਨੂੰ ਸਟਾਫ ਅਵੇਲੇਬਲ ਮਿਲੂਗਾ ਤੇ ਮਾਰਨਿੰਗ ਤੋਂ ਲੈ ਕੇ ਨਾਈਟ ਤੱਕ 11 ਵਜੇ ਤੱਕ ਤੁਹਾਨੂੰ ਪੂਰਾ ਸਟਾਫ ਮਿਲੂਗਾ ਪ੍ਰੋਪਰ ਉਹ ਉੱਥੇ ਹੁੰਦੀ ਹੈ ਲੱਗ ਰਹੀ ਕਿ ਜਿੱਥੇ ਸਟਾਫ ਨਾ ਪ੍ਰੋਪਰ ਹੋਵੇ ਤੇ ਇੱਥੇ ਤੁਹਾਨੂੰ ਸਾਰੀ ਜਗ੍ਹਾ ਤੇ ਸਟਾਫ ਮਿਲੂਗਾ ਤੇ ਗਾਈਡ ਕਰਨ ਵਾਸਤੇ ਤੇ ਕਿਸੇ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਸਰ ਇੱਕ ਗੱਲ ਹੋਰ ਐਸ ਐਚ ਓ ਸਾਹਿਬ ਕਿਉਂਕਿ ਫਸਟ ਏਡ ਨੂੰ ਲੈ ਕੇ ਐਂਬੂਲੈਂਸ ਨੂੰ ਲੈ ਕੇ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਇਹਨਾਂ ਨੂੰ ਹਿਦਾਇਤਾਂ ਵੀ ਦਿੱਤੀ ਗਈ ਤੋਂ ਫਸਟ ਏਡ ਅਰੇਂਜਮੈਂਟਸ ਮੈਂ ਇਹਨਾਂ ਕੋਲ ਦੇਖੇ ਨੇ ਜੀ ਇਹਨਾਂ ਕੋਲ ਫਸਟ ਏਡ ਅਰੇਂਜਮੈਂਟਸ ਹੈਗੇ ਨੇ ਉਸ ਤੋਂ ਬਿਨਾਂ ਉਰੇ ਨੰਬਰ ਆਫ ਹਸਪੀਟਲ ਹੈਗੇ ਨੇ ਜੋ ਨੇੜੇ ਹੈਗੇ ਨੇ ਤੋਂ ਉਹਨਾਂ ਦੇ ਨਾਲ ਕੋਆਰਡੀਨੇਟ ਹੈਗਾ ਤੋਂ ਆਈ ਵਾਸ ਦੈਮ ਤੋਂ ਦੇ ਆਰ ਸੇਇੰਗ ਕਿ ਵੀ ਹੈਵ ਅ ਗੁੱਡ ਕੋਆਰਡੀਨੇਸ਼ਨ ਵਿਦ ਦਾ ਲੋਕਲ ਹਸਪੀਟਲ ਹੇਅਰ ਜੀ ਤੋਂ ਇਨ ਕੇਸ ਆਫ ਐਨੀ ਐਮਰਜੈਂਸੀ ਇਫ ਇਟ ਅਰਾਈਜ਼ਸ ਤੋਂ ਦੇ ਹੈਵ ਅ ਲਾਈਸਨਿੰਗ ਜੀ ਤੋਂ ਆਈ ਹੋਪ ਆਪਾਂ ਕਰੀਏ ਕਿ ਇਹੋ ਜਿਹੀ ਕੋਈ ਸਿਚੁਏਸ਼ਨ ਅਰਾਈਜ਼ ਹੀ ਨਾ ਕਰੇ ਉਰੇ ਐਸ ਐਚ ਓ ਸਾਹਿਬ ਕਿਉਂਕਿ ਪੁਲਿਸ ਦੀ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਹਾਲਾਂਕਿ ਲਗਾਤਾਰ ਤੁਸੀਂ ਅੱਜ ਵੀ ਇੱਕ ਸਰਪ੍ਰਾਈਜ਼ ਇੱਥੇ ਜਿਹੜੀ ਹੈਗੀ ਉਹ ਰੇਡ ਕੀਤੀ ਹੈ ਤਾਂ ਕਿਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲੀ ਅੱਗੇ ਇਨ ਫਿਊਚਰ ਕੋਆਰਡੀਨੇਸ਼ਨ ਕਿਸ ਤਰ੍ਹਾਂ ਦਾ ਪਹਿਲਾਂ ਵੀ ਵੈਸੇ ਅਸੀਂ ਰੂਟੀਨ ਦੇ ਵਿੱਚ ਵੀ ਕੀਪ ਇਨਸਟ੍ਰਕਟਿੰਗ ਦੈਮ ਜੀ ਕਿ ਵੀ ਕਿਤੇ ਵੀ ਜੇ ਤੇ ਕੋਈ ਇਹੋ ਜਿਹੀ ਜਗ੍ਹਾ ਹੈਗੀ ਹੈ ਜਿੱਥੇ ਬੱਚਿਆਂ ਦੀ ਸੇਫਟੀ ਇਨਵੋਲਵਡ ਹੈਗੀ ਹੈ ਜਾਂ ਪਬਲਿਕ ਦੀ ਇਨ ਜਨਰਲ ਸੇਫਟੀ ਇਨਵੋਲਵਡ ਹੈਗੀ ਹੈ ਤਾਂ ਵੀ ਕੀਪ ਟੈਲਿੰਗ ਦੈਮ ਕਿ ਵੀ ਸੇਫਟੀ ਆਫ ਦਾ ਪਬਲਿਕ ਐਂਡ ਸਪੈਸ਼ਲੀ ਦਾ ਚਿਲਡਰਨ ਇਜ਼ ਪੈਰਾਮਾਊਂਟ ਜਿੱਦਾਂ ਸਰ ਇਹ ਹੈ ਹਾਲਾਂਕਿ ਪੂਰੀ ਸੇਫਟੀ ਭਾਜੀ ਇਹ ਜਿੱਦਾਂ ਪੂਰਾ ਇਹ ਕਿਸ ਤਰ੍ਹਾਂ ਦਾ ਤੁਸੀਂ ਇਹ ਪੂਰਾ ਸੇਫ ਹੈ ਕਿਉਂਕਿ ਬੱਚੇ ਨੂੰ ਰੋਪ ਲਗਾਈ ਹੋਈ ਹੈ ਤੇ ਹਾਰਨੈਸ ਪਾਇਆ ਹੈ ਬੱਚਾ ਜੰਪ ਵੀ ਕਰੂਗਾ ਜੇ ਉਹਨੂੰ ਕੋਈ ਨੁਕਸਾਨ ਨਹੀਂ ਹੋਣਾ ਤੇ ਨਿੱਚੋ ਸਟਾਫ ਗਾਈਡ ਕਰਦਾ ਆ ਤੇ ਉਹਦੇ ਜੇ ਤੁਸੀਂ ਪੂਰਾ ਸਟਾਫ ਨਾਲ ਚੱਲ ਗਏ ਬੱਚਾ ਪੂਰੀ ਗਾਈਡ ਕਰੂਗਾ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਤੁਹਾਡੇ ਸਾਹਮਣੇ ਬੱਚੇ ਸੇਫ ਥੱਲੇ ਆ ਗਏ ਅੱਛਾ ਇੱਕ ਹੱਲ ਹੋਰ ਹੈ ਕਿਉਂਕਿ ਜਿਹੜੇ ਨਟ ਬੋਲਟਸ ਹੁੰਦੇ ਆ ਟੈਕਨੀਕਲ ਜਿਹੜੇ ਆਪਾਂ ਗੱਲ ਕਰੀਏ ਇਹ ਵੀ ਟਾਈਮ ਟੂ ਟਾਈਮ ਚੈੱਕ ਇਹ ਸਰ ਸਾਡੀ ਨਾ ਇੱਕ ਚੈੱਕ ਲਿਸਟ ਹੁੰਦੀ ਹੈ ਮਾਰਨਿੰਗ ਦੀ ਹਰ ਰੋਜ਼ ਦੀ ਤੇ ਹਰ ਰੋਜ਼ ਭਰਿਆ ਜਾਂਦਾ ਉਹਦੇ ਚ ਵੀ ਕੋਈ ਕਿਸੇ ਤਰ੍ਹਾਂ ਪ੍ਰੋਬਲਮ ਨਾ ਹੋਵੇ ਜੇ ਉਹਦੀ ਪ੍ਰੋਬਲਮ ਹੈ ਵੀ ਹਾਂ ਜੀ ਇਹ ਚੀਜ਼ ਠੀਕ ਨਹੀਂ ਹੈਗੀ ਉਹ ਸਾਡੇ ਸਾਈਨ ਹੁੰਦੇ ਆ ਤੇ ਪ੍ਰੋਪਰ ਹਰ ਰੋਜ਼ ਚੈੱਕ ਹੋ ਕੇ ਤੁਹਾਡੀ ਇੱਕ ਟੀਮ ਹੈ ਪਾਰਟਿਕੂਲਰ ਹਾਂਜੀ ਹਾਂਜੀ ਮਾਰਨਿੰਗ 'ਚ ਪ੍ਰੋਪਰ ਚੈੱਕ ਹੁੰਦਾ ਆ ਹਰ ਰੋਜ਼ ਨਟ ਚੈੱਕ ਕੀਤੇ ਜਾਂਦੇ ਆ ਤਾਂ ਸੈੱਟ ਹੁੰਦਾ ਸਰ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਕਿਵੇਂ ਲੱਗ ਰਿਹਾ ਠੀਕ ਲੱਗਾ ਬਸ ਥੋੜੇ ਉੱਪਰ ਜਾਂਦੇ ਜਾਂਦੇ ਥੋੜਾ ਕਰੇ ਡਰ ਸੇ ਲਗਾ ਕਿ ਡਰ ਲੱਗ ਰਿਹਾ ਲੇਕਿਨ ਸੇਫਟੀ ਪੂਰਾ ਸੇਫਟੀ ਪੂਰੀ ਆਈ ਜਦ ਮੈਂ ਨੀਚੇ ਗਿਆ ਮੇਰੇ ਕੋ ਲਗਾ ਇੱਕਦਮ ਨੀਚੇ ਆਉਂਗਾ ਪਰ ਰੋਪ ਨੇ ਅੱਛੇ ਸੇ ਪਕੜਾ ਪਰ ਧੀਰੇ ਧੀਰੇ ਨੀਚੇ ਆਇਆ ਧੀਰੇ ਧੀਰੇ ਨੀਚੇ ਆਇਆ ਹੁਣ ਤੁਸੀਂ ਇਹ ਦੇਖੋ ਕਿ ਬੱਚਾ ਲੇਕਿਨ ਜਿੱਦਾਂ ਐਸਾ ਇਹ ਵੀ ਕਿਹਾ ਕਿ ਪੂਰਾ ਇਹਨਾਂ ਨੂੰ ਕਵਰ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਾ ਗਿਰ ਪਾਇਆ ਇਸ ਤਰ੍ਹਾਂ ਦਾ ਤੋ ਅਰੇਂਜਮੈਂਟਸ ਤੋਂ ਜੋ ਆਪਾਂ ਨੂੰ ਦਿਖ ਰਹੇ ਹੈਗੇ ਨੇ ਤੋ ਅਪਰੈਂਟਲੀ ਦਾ ਅਰੇਂਜਮੈਂਟਸ ਆਰ ਗੁੱਡ ਜੀ ਬਟ ਇਟ ਇਜ਼ ਅ ਗੁੱਡ ਥਿੰਗ ਦਾ ਚਿਲਡਰਨ ਆਰ ਐਕਸਪਲੋਰਿੰਗ ਜੀ ਤਾਂ ਬੱਚਿਆਂ ਲਈ ਐਟ ਅ ਯੰਗ ਏਜ ਦਿਸ ਇਜ਼ ਅ ਗੁੱਡ ਐਡਰੇਨਾਲੀਨ ਰਸ਼
ਤਾਂ ਇੰਪੋਰਟੈਂਟ ਇਸ ਕਿ ਵੀ ਸੇਫਟੀ ਮੈਜਰਸ ਅਗਰ ਪੂਰੇ ਹੈਗੇ ਨੇ ਤਾਂ ਦਿਸ ਗਿਵਸ ਅ ਗੁੱਡ ਐਕਸਪੋਜਰ ਐਂਡ ਐਡਰੇਨਾਲੀਨ ਰਸ਼ ਟੂ ਦ ਚਿਲਡਰਨ ਜੀ। ਸਰ ਇਹ ਮੈਂਡੇਟਰੀ ਹੈ ਜਿਹੜੀ ਵੀ ਚੀਜ਼ਾਂ ਇਹਨਾਂ ਨੇ ਪਾਈ ਹੋਈ ਹੈ, ਇਹ ਤੋਂ ਬਿਨਾਂ ਤਾਂ ਐਂਟਰੀ ਨਹੀਂ ਸਰ ਆਪਾਂ ਅੰਦਰ ਕਰਦੇ ਬੱਚੇ ਦੀ, ਕਿਉਂਕਿ ਹੈਲਮੈਟ ਸੇਫਟੀ ਮਸਟ ਹੈ ਪਹਿਲਾਂ, ਸੇਫਟੀ ਮਸਟ ਹੈ। ਤਾਂ ਐਸ ਸਾਹਿਬ ਕਿਉਂਕਿ ਬੱਚੇ ਇੱਥੇ ਖੇਡਦੇ ਆ, ਪੇਰੈਂਟਸ ਵੀ ਆਉਂਦੇ, ਕਿਉਂਕਿ ਪੇਰੈਂਟਸ ਨੂੰ ਵੀ ਤੁਸੀਂ ਕਿਸ ਤਰ੍ਹਾਂ ਮੈਸੇਜ ਕਰਦੇ ਹੋ ਉਹ ਵੀ ਮੋਨੀਟਰ ਜ਼ਰੂਰ ਕਰਨ। ਤੋ ਇਹ ਚੀਜ਼ ਦੇਖੋ ਇਹਨਾਂ ਦੀ ਤਾਂ ਡਿਊਟੀ ਹੈਗੀ ਹੈ ਜਿਨ੍ਹਾਂ ਦੀ ਆਪਾਂ ਜਗ੍ਹਾ ਤੇ ਆਏ ਹੈਗੇ ਹਾਂ, ਤਾਂ ਲੇਕਿਨ ਉਸ ਤੋਂ ਪਹਿਲਾਂ ਜੋ ਸਭ ਤੋਂ ਪਹਿਲਾਂ ਜਿਸ ਬੰਦੇ ਦੀ ਰਿਸਪੋਂਸਿਬਿਲਟੀ ਬਣਦੀ ਹੈ ਤਾਂ ਦੈਟ ਇਜ਼ ਦਾ ਰਿਸਪੋਂਸਿਬਿਲਿਟੀ ਆਫ ਦਾ ਪੇਰੈਂਟਸ। ਤੋ ਨੰਬਰ 1 ਪੁਆਇੰਟ ਇਜ਼ ਦਾ ਪੇਰੈਂਟਸ ਸ਼ੁੱਡ ਅਵੋਇਡ ਗੋਇੰਗ ਟੂ ਦ ਪਲੇਸ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਦਿਸ ਇਜ਼ ਅ ਰੈਂਡਮ, ਉਰੇ ਰੈਂਡਮ ਝੂਲੇ ਲੱਗ ਗਏ ਨੇ, ਅਨਆਰਗੇਨਾਈਜ਼ ਤਰੀਕੇ ਦੇ ਨਾਲ ਲੱਗ ਗਏ ਹੈਗੇ ਨੇ। ਤੋ ਅਕਸਰ ਦੇਖਿਆ ਜਾਂਦਾ ਇਹੋ ਜਿਹੇ ਥਾਵਾਂ ਤੇ ਇੱਕ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਇਨੋਸੈਂਟ ਬੱਚਿਆਂ ਦੀ ਜਿਹੜੀ ਲਾਈਫ ਹੈਗੀਆਂ ਨੇ ਉਹ ਲੂਜ਼ ਕੀਤੀਆਂ ਜਾਂਦੀਆਂ ਨੇ। ਤਾਂ ਅਨਰੈਗੂਲਰਾਈਜ਼ ਜਗ੍ਹਾ ਤੇ ਜਾਣਾ ਤਾਂ ਨੰਬਰ 1 ਪ੍ਰਾਇਓਰਟੀ ਇਜ਼ ਟੂ ਅਵੋਇਡ ਜੀ। ਉਸ ਤੋਂ ਬਾਅਦ ਇਫ ਯੂ ਗੋ ਟੂ ਐਨੀ ਗੁੱਡ ਪਲੇਸ ਤਾਂ ਬੱਚਿਆਂ ਮਤਲਬ ਦੀ ਸੁਪਰਵਿਜ਼ਨ ਕਰਨਾ, ਦੈਟ ਇਜ਼ ਆਲਸੋ ਦਾ ਰਿਸਪੋਂਸਿਬਿਲਿਟੀ ਆਫ ਪੇਰੈਂਟਸ ਜੀ। ਇਹ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਗੇਮਿੰਗ, ਹਾਲਾਂਕਿ ਬੱਚਿਆਂ ਦੇ ਵਾਸਤੇ ਕਿਸ ਤਰ੍ਹਾਂ ਐਕਸਪਲੋਰ ਹੁੰਦਾ, ਇੱਕ ਐਕਟੀਵਿਟੀ ਬਹੁਤ ਜ਼ਰੂਰੀ ਹੁੰਦੀ ਹੈ ਹੋਏ, ਲੇਕਿਨ ਜਿੱਦਾਂ ਸਰ ਨੇ ਵੀ ਦੱਸਿਆ, ਮੈਨੇਜਮੈਂਟ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਸਾਡੀ ਪ੍ਰਾਇਓਰਟੀ ਹੈ ਕਿ ਸੇਫਟੀ ਮੇਜਰ ਕਿਸ ਤਰ੍ਹਾਂ ਦੇ। ਹਾਲਾਂਕਿ ਲੈਂਟੇ ਮਾਲ 'ਚ ਜਿਸ ਤਰ੍ਹਾਂ ਹਾਦਸਾ ਹੋਇਆ, ਕਾਫੀ ਇੱਕ ਅਨਫੋਰਚੁਨੇਟ ਸਹਿਬਾਜ਼ ਦੀ ਮੌਤ ਹੋ ਚੁੱਕੀ ਔਰ ਉਸ ਤੋਂ ਬਾਅਦ ਇਹਦੇ ਵਿੱਚ ਇਨਕੁਆਇਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ, ਕਈ ਖਾਮੀਆਂ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ। ਅਗੇਨ ਇਨ ਫਿਊਚਰ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਹੈਪਨਿੰਗ ਨਾ ਹੋਵੇ, ਮਿਸ ਹੈਪਨਿੰਗ ਨਾ ਹੋਵੇ, ਉਹਦਾ ਧਿਆਨ ਰੱਖਿਆ ਜਾ ਰਿਹਾ। ਇਸ ਕਰਕੇ ਪੰਜਾਬ ਪੁਲਿਸ ਐਡਮਿਨਿਸਟ੍ਰੇਸ਼ਨ ਲਗਾਤਾਰ ਜਿੰਨੇ ਵੀ ਕਿਡਸ ਜ਼ੋਨ ਨੇ, ਜਿੱਥੇ ਵੀ ਪੰਜਾਬ ਦੇ ਵਿੱਚ ਮਾਲ ਦੇ ਵਿੱਚ ਜਿਹੜੇ ਮੇਲੇ ਨੇ, ਜਿਹੜੇ ਝੂਲੇ ਲੱਗਦੇ ਨੇ, ਉੱਥੇ ਜਾ ਕੇ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ। ਔਰ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਗੇਮਿੰਗ ਜ਼ੋਨ ਨੇ ਜਾਂ ਕਿਡਸ ਜ਼ੋਨ ਨੇ, ਉੱਥੇ ਜਾ ਕੇ ਪੂਰੀ ਸਰਪ੍ਰਾਈਜ਼ ਚੈਕਿੰਗ ਕਰ ਰਹੇ ਹੈ ਔਰ ਇਹਨਾਂ ਦੇ ਨਾਲ ਮੀਟਿੰਗ ਕਰਕੇ ਪੂਰੇ ਜਿੰਨੇ ਵੀ ਉੱਥੇ ਕਿਡਸ ਜ਼ੋਨ ਦੇ ਜਿਹੜੇ ਝੂਲੇ ਨੇ ਜਾਂ ਫਿਰ ਇਸ ਤਰ੍ਹਾਂ ਦੀ ਮਸ਼ੀਨਸ ਨੇ, ਉਹਨਾਂ ਨੂੰ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਔਰ ਪੂਰਾ ਜਿਹੜਾ ਰਿਟਰਨ ਚ ਲਿਆ ਜਾ ਰਿਹਾ। ਬਹੁਤ ਅੱਛਾ ਹੈ, ਬੱਚੇ ਵੀ ਬਹੁਤ ਇੰਜੋਏ ਕਰਤੇ ਹੈ, ਸੇਫਟੀ ਵੀ ਫੁੱਲ ਹੈ, ਬੱਚੋਂ ਕੇ ਲਈ ਬਹੁਤ ਅੱਛਾ ਹੈ। ਮੇਰਾ ਛੋਟਾ ਬੇਟਾ ਵੀ ਆਇਆ ਹੁਆ ਹੈ, ਵੋ ਵਹਾਂ ਪੇ ਟ੍ਰੈਂਪੋਲਿਨ ਵੀ ਹੈ, ਬਹੁਤ ਅੱਛਾ, ਫੁੱਲ ਔਨ ਇੰਜੋਏ, ਸੇਫਟੀ ਫੁੱਲ ਹੈ, ਫੁੱਲ ਸੇਫਟੀ ਹੈ, ਬੱਚੋਂ ਕੇ ਉੱਪਰ ਪੂਰੀ ਸਭ ਸਾਥ ਮੇ ਹੋਤੇ ਹੈ, ਹੌਪ ਅਪ ਵਾਲੇ, ਤੋ ਕੋਈ ਡਰਨੇ ਵਾਲੀ ਬਾਤ ਨਹੀਂ ਹੈ, ਤੋ ਆਓ ਔਰ ਇੰਜੋਏ ਕਰੇ ਬੱਚੇ। ਹਾਂਜੀ ਹਾਂਜੀ, ਸਾਥ ਇੰਜੋਏ ਕਰਨੇ ਕੇ ਲਈ, ਹਾਂ ਪੇਰੈਂਟਸ ਵੀ ਦੇਖਤੇ ਰਹਤੇ ਔਰ ਯੇ ਗਾਈਡ ਵੀ ਪੂਰਾ ਕਰਤੇ ਹੈ। ਹਾਂਜੀ, ਇਹ ਵੀ ਬੜਾ ਜ਼ਰੂਰੀ ਹੈ ਪੇਰੈਂਟਸ ਕੇ ਲਈ, ਨਹੀਂ ਬਹੁਤ ਬੜੀ ਸੀਖ ਹੈ ਵੋ ਵੈਸੇ, ਪਰ ਯਹਾਂ ਪੇ ਪੂਰਾ ਧਿਆਨ ਰੱਖਾ ਜਾਤਾ ਹੈ ਬੱਚੋਂ ਕਾ ਔਰ ਯੇ ਟਾਈਮ ਟੂ ਟਾਈਮ ਦੇਖਤੇ ਵੀ ਹੈ ਬੱਚੋਂ ਕੋ ਕਿ ਬੱਚੇ ਕਿਆ ਕਰ ਰਹੇ ਹੈ, ਬੱਚੇ ਕਹੀਂ ਗਿਰ ਤੋ ਨਹੀਂ ਰਹੇ, ਫਸ ਤੋ ਨਹੀਂ ਰਹੇ, ਔਰ ਅਟੈਂਡੈਂਟ ਹੈ, ਪੂਰੀ ਅਟੈਂਡੈਂਸ ਹੈ।